Today our lecture is about the fourth phylum of animal kingdom, the platyhelminths. ठीक है? We were doing the animal kingdom animalia. ठीक है? ਇਹਦੇ ਸੀ ਫਾਈਲਮਸ ਕਰ ਰਹੇ ਸੀਗੇ ਐਂਡ ਦ ਨੈਕਸਟ ਵਨ ਇਜ਼ ਫਾਈਲਮ ਪਲੈਟੀਹੈਲਮਿਨਸ ਠੀਕ ਆ ਹੁਣ ਜਿਹੜਾ ਫਾਈਲਮ ਪਲੈਟੀਹੈਲਮਿਨਥ ਆ ਦੇ ਆਰ ਬੇਸਿਕਲੀ ਫਲੈਟ ਵਰਮਸ ਮੈਂ ਉਸ ਦਿਨ ਵੀ ਦੱਸਿਆ ਸੀਗਾ ਕਿ ਦੋ ਗਰੁੱਪਸ ਹੈਗੇ ਨੇ ਇੱਕ ਰਾਊਂਡ ਵਰਮਸ ਦਾ ਇੱਕ ਫਲੈਟ ਵਰਮਸ ਦਾ ਠੀਕ ਆ ਜਿਹੜੇ ਹੁਣ ਇਹ ਫਲੈਟ ਵਰਮਸ ਆ ਫਲੈਟ ਵਰਮ ਮੇਨ ਫੀਚਰ ਇਹਦਾ ਕੀ ਹੈਗਾ ਆ ਸਭ ਤੋਂ ਵੱਡਾ ਜਿਹੜਾ ਇਹਦਾ ਫੀਚਰ ਆ which represents this phylum that is the flat body theek hai matlab dorso ventrally suppressed theek hai flat structure hai ribbon like structure hai ਇਹਨਾਂ ਨੂੰ ਅਸੀਂ ਰਿਬਨ ਵਰਮਸ ਵੀ ਕਹਿ ਦਿੰਦੇ ਹੈਗੇ ਆ ਠੀਕ ਆ ਜਿਹੜੇ ਇਹ ਆਰਗੇਨਿਜ਼ਮਸ ਹੈਗੇ ਆ ਪਲੈਟੀਹੈਲਮਿਨਸ ਨੇ ਦੇ ਆਰ ਡੋਰਸੋ ਵੈਂਟਰਲੀ ਫਲੈਟ ਠੀਕ ਆ ਗਾਟ ਇਟ ਹੁਣ ਡੋਰਸਲ ਸਾਈਡ ਤੇ ਵੈਂਟਰਲ ਸਾਈਡ ਕੀ ਹੁੰਦੀਆਂ ਹੈਗੀਆਂ ਨੇ ਮੈਂ ਪਹਿਲਾਂ ਵੀ ਇੱਕ ਲੈਕਚਰ ਚ ਐਕਸਪਲੇਨ ਕੀਤਾ ਸੀਗਾ ਕਿ ਡੋਰਸਲ ਸਾਈਡ ਹਮੇਸ਼ਾ ਜੋ ਸਾਡਾ ਵਰਟੀਬਰਲ ਕੋਲਮ ਆ ਉਹ ਵਾਲੀ ਸਾਈਡ ਜਿਹੜੀ ਹੁੰਦੀ ਉਹਨੂੰ ਡੋਰਸਲ ਸਾਈਡ ਕਿਹਾ ਜਾਂਦਾ ਬਟ ਹੁਣ ਵੈਨਐਵਰ ਵੀ ਆਰ ਟਾਕਿੰਗ ਅਬਾਊਟ ਦਾ ਇਨਵਰਟੀਬਰੇਟਸ ਉਹਨਾਂ 'ਚ ਤਾਂ ਰੀੜ ਦੀ ਹੱਡੀ ਹੈ ਨਹੀਂ ਹੈ ਨਾ ਅਤੇ ਉਹਨਾਂ ਵਿੱਚ ਡੋਰਸਲ ਸਾਈਡ ਕਿਹੜੀ ਹੁੰਦੀ ਆ ਜਿਹੜੀ ਓਪੋਜ਼ਿਟ ਟੂ ਦਾ ਅਰਥ ਹੁੰਦੀ ਆ ਠੀਕ ਆ ਹੁਣ ਜਦੋਂ ਕੋਈ ਵੀ ਤੁਸੀਂ ਆਰਗੇਨਿਜ਼ਮ ਦੀ ਗੱਲ ਕਰਦੇ ਆ ਤਾਂ ਉਹ ਜ਼ਮੀਨ 'ਤੇ ਹੀ ਚੱਲਦੇ ਆ ਜ਼ਮੀਨ 'ਤੇ ਚੱਲਦੇ ਆ ਵੀ ਆਰ ਬਾਈਪੇਡਲ ਅਸੀਂ ਬਾਈਪੇਡਲ ਲੋਕੋਮੋਸ਼ਨ ਮਤਲਬ ਦੋ ਪੈਰਾਂ 'ਤੇ ਚੱਲਦੇ ਹਾਂ ਪਰ ਬਾਕੀ ਸਾਰੇ ਤਾਂ ਇੱਕ ਜਾਂ ਤਾਂ ਉਹ ਰੇਂਗਦੇ ਹੈਗੇ ਆ ਜਾਂ ਕਿਸੇ ਤਰ੍ਹਾਂ ਜੰਪ ਕਰਦੇ ਹੈਗੇ ਆ ਜੇ ਟੈਟਰਾਪੀਡਲ ਵੀ ਆ ਟੈਟਰਾਪੀਡਲ ਮਤਲਬ ਫੋਰ ਲੈਗ ਵਾਲੇ ਵੀ ਆ ਅਤੇ ਜਿਹੜੀ ਉਹਨਾਂ ਦੀ ਡੋਰਸਲ ਸਾਈਡ ਹੈਗੀ ਆ ਦੈਟ ਇਜ਼ ਓਪੋਜ਼ਿਟ ਟੂ ਦਾ ਅਰਥ ਸਾਈਡ ਠੀਕ ਆ ਅਤੇ ਜਿਹੜੀ ਹੈਗੀ ਆ ਵੈਂਟਰਲ ਸਾਈਡ ਆ ਵੈਂਟਰਲ ਸਾਈਡ ਕਿਹੜੀ ਹੁੰਦੀ ਹੈਗੀ ਆ ਜਿਹੜੀ ਕਿ ਟੂਵਰਡਸ ਦਾ ਅਰਥ ਆ ਸਮਝੇ ਗੋਟ ਇਟ ਔਰ ਨੋਟ ਠੀਕ ਆ ਇਹ ਕਨਸੈਪਟ ਕਲੀਅਰ ਆ ਲਾਈਕ ਹੁਣ ਸਪੋਜ਼ ਕਿ ਇੱਕ ਸਾਡੇ ਕੋਲ ਆਪਾਂ ਕੀ ਦੇਖ ਸਕਦੇ ਹਾਂ ਹੁਣ ਆਹ ਸਾਡੇ ਕੋਲ ਸਪੋਜ਼ ਅਰਥ ਆ ਹੈ ਨਾ ਆਹ ਅਰਥ ਆ ਠੀਕ ਆ ਇਹਦੇ ਉੱਤੇ ਕੋਈ ਇੱਕ ਆਹ ਸਾਡੇ ਕੋਲ ਇੱਕ ਐਨੀਮਲ ਪਿਆ ਹੈਗਾ ਆ ਠੀਕ ਆ ਫੋਰ ਐਗਜ਼ਾਮਪਲ ਕੋਈ ਇਨਵਰਟੀਬਰੇਟ ਪਿਆ ਹੈ ਇਹ ਕੋਈ ਵੀ ਹੋ ਸਕਦਾ ਏ ਬੀ ਸੀ ਡੀ ਸੋਚ ਲਓ ਕਿ ਇਹ ਸਨੇਲ ਹੋ ਗਿਆ ਇੱਦਾਂ ਦੇ ਹੁੰਦੇ ਆ ਨਾ ਸਨੇਲ ਹੈ ਨਾ ਹੁਣ ਇਹਦੀ ਆਹ ਸਾਈਡ ਕਿਹੜੀ ਆ ਅਤੇ ਆਹ ਸਾਈਡ ਕਿਹੜੀ ਆ ਦੱਸੋ ਮੈਨੂੰ ਡੋਰਸਲ ਸਾਈਡ ਇਹਦੀ ਕਿਹੜੀ ਹੋਊਗੀ ਦਿਸ ਇਜ਼ ਵਾਟ ਡੋਰਸਲ ਅਤੇ ਦਿਸ ਇਜ਼ ਵਾਟ ਯੂ ਗੋਟ ਇਟ ਹੈ ਨਾ ਠੀਕ ਆ ਲੇਟਰਲ ਸਾਈਡਸ ਕਿਹੜੀਆਂ ਹੁੰਦੀਆਂ ਨੇ ਸਾਈਡਸ ਵਾਲੀਆਂ ਠੀਕ ਹੁਣ ਇਹ ਕਹਿੰਦਾ ਡੋਰਸੋ ਵੈਂਟਰਲੀ ਫਲੈਟ ਬੋਡੀ ਆ ਠੀਕ ਆ ਰਿਬਨ ਲਾਈਕ ਸਟਰਕਚਰਸ ਨੇ ਜਿੱਦਾਂ ਆਹ ਹੈਗਾ ਇੱਕ ਰਿਬਨ ਰਿਬਨ 'ਚ ਦੇਖਿਆ ਤੁਸੀਂ ਹੈ ਨਾ ਇਸ ਤਰ੍ਹਾਂ ਦੇ ਸਟਰਕਚਰਸ ਹੁੰਦੇ ਆ ਹੁਣ ਇਹਦੀ ਇੱਕ ਬੈਸਟ ਐਗਜ਼ਾਮਪਲ ਹੁੰਦੀ ਹੈਗੀ ਆ ਸਾਡੇ ਕੋਲ ਟੇਪਵਰਮ ਸੁਣਿਆ ਕਦੇ ਟੇਪਵਰਮ ਸੁਣਿਆ ਤੁਹਾਡੀ ਬੋਡੀ 'ਚ ਵੀ ਇੰਟੈਸਟਾਈਨ 'ਚ ਕੀੜੇ ਹੈਗੇ ਹੁੰਦੇ ਆ ਸੁਣੇ ਉਹ ਉਹਨਾਂ 'ਚ ਇੱਕ ਹੁੱਕਵਰਮਸ ਕਹਿ ਦਿੰਦੇ ਆ ਇੱਕ ਮਲੱਪ ਕਹਿ ਦਿੰਦੇ ਹੈਗੇ ਆ ਗੜ ਉਹ ਜਿਹੜੇ ਹੁੱਕਵਰਮਸ ਹੁੰਦੇ ਆ ਉਹ ਰਾਊਂਡ ਵਰਮਸ ਹੁੰਦੇ ਆ ਠੀਕ ਆ ਐਂਡ ਸਮ ਟਾਈਮ ਇਹ ਜਿਹੜੇ ਹੈਗੇ ਆ ਨਾ ਆਹ ਜਿਹੜੇ ਟੇਪਵਰਮ ਆ ਇਹਨਾਂ ਨੂੰ ਨੋ ਇਹਨਾਂ ਨੂੰ ਕਹਿੰਦੇ ਆ ਉਹ ਮਲੱਪ ਜਾਂ ਹੁੱਕਵਰਮਸ ਬਿਕੋਜ਼ ਇਹਨਾਂ ਦੇ ਜਿਹੜਾ ਆਹ ਹੈਡ ਆ ਨਾ ਇਹ 'ਤੇ ਹੁੱਕਸ ਲੱਗੀਆਂ ਹੁੰਦੀਆਂ ਉਹ ਤੁਹਾਡੀ ਇੰਟੈਸਟਾਈਨ 'ਚ ਫਸ ਜਾਂਦੀਆਂ ਆ ਜਿਹੜੇ ਰਾਊਂਡ ਵਰਮ ਹੁੰਦੇ ਆ ਉਹ ਛੋਟੇ ਛੋਟੇ ਗੋਲ ਗੋਲ ਕੀੜੇ ਹੁੰਦੇ ਹੈਗੇ ਜੇ ਲਾਈਕ ਜਿੱਦਾਂ ਰਾਈਸ ਦੇਖਿਆ ਕਦੇ ਘਰ 'ਚ ਕਿਚਨ 'ਚ ਰਾਈਸ ਦੇਖੇ ਕਦੇ ਉਹ ਰਾਈਸ ਦੇ ਵਿੱਚ ਵੀ ਛੋਟੇ ਛੋਟੇ ਕੀੜੇ ਡਿਵੈਲਪ ਹੋਏ ਹੁੰਦੇ ਆ ਸਮ ਟਾਈਮ ਹੈਵ ਯੂ ਅਬਜ਼ਰਵ ਦੈਟ ਹੈ ਨਾ ਉਹ
ਉਹ ਜਿਹੜੇ ਕੀੜੇ ਹੁੰਦੇ ਆ ਨਾ ਉਸ ਟਾਈਪ ਦੇ ਹੀ ਕੀੜੇ ਸਾਡੀ ਇੰਟੈਸਟਾਈਨ 'ਚ ਵੀ ਹੁੰਦੇ ਆ, ਮਤਲਬ ਇਹ ਨਹੀਂ ਕਿ ਉਹੀ ਹੁੰਦੇ ਆ, ਡਿਫਰੈਂਟ ਹੁੰਦੇ ਆ, ਬਟ ਉਸ ਟਾਈਪ ਦੇ ਕੀੜੇ ਸਾਡੀ ਇੰਟੈਸਟਾਈਨ 'ਚ ਵੀ ਹੁੰਦੇ ਆ, ਉਹ ਹੁੰਦੇ ਰਾਊਂਡ ਵਰਮਸ, ਠੀਕ ਹੈ, ਥਰੈਡ ਵਰਮ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਥਰੈਡ ਲਾਈਕ ਰਾਊਂਡਡ ਆ। ਪਰ ਇਹ ਜਿਹੜੇ ਫਲੈਟ ਆ ਇਹ ਡੋਰਸੋ ਵੈਂਟਰਲੀ ਫਲੈਟ ਆ, ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਰਿਬਨ ਵਰਮਸ। ਅਤੇ ਇਹਨਾਂ ਦੇ ਜਿਹੜੇ ਇਹਦਾ ਹੈੱਡ ਜਿਹੜਾ ਹੈਗਾ ਸਿਰਫ ਇੱਕ ਹੈੱਡ ਬਣਿਆ ਹੁੰਦਾ ਜਿੱਦਾਂ ਇਸ ਤਰੀਕੇ ਨਾਲ, ਠੀਕ ਆ, ਇਹਦੇ ਵਨ ਟੂ ਇੱਕ ਪਰਲੀ ਵਾਲੀ ਸਾਈਡ 'ਤੇ, ਇੱਕ ਇੱਥੇ, ਚਾਰ ਸੱਕਰਸ ਹੈਗੇ ਆ ਚਾਰੋਂ ਸਾਈਡ 'ਤੇ ਹੈੱਡ ਦੇ, ਠੀਕ ਆ। ਇੱਕ ਹੈੱਡ ਵਾਲਾ ਪੋਰਸ਼ਨ ਇਹਦਾ ਰਾਊਂਡਡ ਆ ਜਿਹੜਾ ਕਿ ਫਲੈਟ ਨਹੀਂ ਹੈਗਾ, ਬਾਕੀ ਇਹਦਾ ਸਾਰਾ ਜਿਹੜਾ ਸਟਰਕਚਰ ਹੈਗਾ ਆ ਉਹ ਇਸ ਤਰੀਕੇ ਨਾਲ ਫਲੈਟ ਗਲੋਟਿਸਿਸ ਬਣੇ ਹੁੰਦੇ ਆ, ਠੀਕ ਆ। ਐਂਡ ਕਾਫੀ ਸਾਰੇ ਸੈਗਮੈਂਟਸ ਹੁੰਦੇ ਆ ਇਹਦੇ, ਠੀਕ ਆ, ਬਹੁਤ ਸਾਰੇ ਸੈਗਮੈਂਟਸ ਇਹਦੇ ਹੁੰਦੇ ਆ। ਐਂਡ ਦਿਸ ਇਜ਼ ਟੀਨੀਆ ਸੋਲੀਅਮ, ਤੁਹਾਡੀ ਬੁੱਕ ਦੇ ਵਿੱਚ ਵੀ ਇਹਦੀ ਐਗਜ਼ਾਮਪਲ ਦਿੱਤੀ ਹੋਈ ਆ, ਟੀਨੀਆ ਸੋਲੀਅਮ, ਠੀਕ ਆ। ਇਹ ਪਲੈਟੀ ਹੈਲਮੈਂਥ ਜਿਹੜੇ ਅਸੀਂ ਪੜ੍ਹ ਰਹੇ ਹੈਗੇ ਆ ਉਹਦੀ ਬੈਸਟ ਐਗਜ਼ਾਮਪਲ ਆ, ਠੀਕ ਆ। ਇਸ ਤੋਂ ਇਲਾਵਾ ਜਿਹੜੇ ਇਹ ਫਲੈਟ ਵਰਮ ਆ ਉਹਨਾਂ ਦੇ ਵਿੱਚ ਇੱਕ ਸਾਡੇ ਕੋਲ ਲੀਵਰ ਫਲੂਕ ਆਉਂਦੀ ਆ, ਇਸ ਤਰ੍ਹਾਂ ਦੇ ਸਟਰਕਚਰਸ ਤੁਹਾਡੀ ਬੁੱਕ 'ਚ ਬਣੇ ਹੋਏ ਹੈਗੇ ਆ, ਠੀਕ ਆ, ਹੈਗੇ ਆ, ਵਾਟ ਇਟ ਆਰ ਨਾਟ, ਹੈਗਾ ਹੈ ਨਾ, ਦੀਜ ਆਰ ਵਾਟ ਲਿਵਰ ਫਲੂਕਸ, ਠੀਕ ਆ। ਲਿਵਰ ਫਲੂਕਸ ਸਾਇੰਟਿਫਿਕ ਨੇਮ ਹੈਗਾ ਫੇਸ਼ੀਓਲਾ ਹੈਪੈਟਿਕਾ, ਠੀਕ ਆ, ਸਾਇੰਟਿਫਿਕ ਨੇਮ ਇਹਦਾ ਕੀ ਹੈਗਾ ਆ, ਫੇਸ਼ੀਓਲਾ ਹੈਪੈਟਿਕਾ। ਹੁਣ ਇੱਥੇ ਤੁਹਾਡੀ ਬੁੱਕਸ ਦੇ ਵਿੱਚ ਇਹ ਕੈਪੀਟਲਸ ਲਿਖਿਆ ਹੋਇਆ, ਹੈ ਨਾ, ਕੈਪੀਟਲਸ ਸਾਰਾ ਸ਼ਾਇਦ, ਹੈ ਨਾ, ਅਤੇ ਜਾਂ ਤਾਂ ਤੁਸੀਂ ਇਹਨੂੰ ਕੈਪੀਟਲਸ ਲਿਖਣਾ ਪੂਰੇ ਦੇ ਪੂਰੇ ਨੂੰ, ਜਾਂ ਫਿਰ ਆਹ ਗਲਤੀ ਨਹੀਂ ਕਰਨੀ, ਠੀਕ ਆ। ਮੈਂ ਦੱਸਿਆ ਸੀ ਸਾਇੰਟਿਫਿਕ ਨੇਮ ਦਾ ਪਹਿਲਾ ਐਲਫਾਬੈਟ ਸਪੀਸੀਜ਼ ਦਾ ਛੋਟਾ ਹੁੰਦਾ ਆ, ਠੀਕ ਆ। ਸੋ ਫੇਸ਼ੀਓਲਾ ਹੈਪੈਟਿਕਾ ਆ, ਫੇਸ਼ੀਓਲਾ ਹੈਪੈਟਿਕਾ ਜਿਹੜਾ ਹੈ ਇਹਦਾ ਕੋਮਨ ਨੇਮ ਹੈਗਾ ਲਿਵਰ ਫਲੂਕ, ਠੀਕ ਆ। ਆਹ ਜਿਹੜੇ ਮੈਂ ਦੋ ਸਟਰਕਚਰਸ ਬਣਾਏ ਆ, ਦੀਜ਼ ਆਰ ਸੱਕਰਸ, ਆਹ ਇਹਦਾ ਜਿਹੜਾ ਹੈਗਾ ਆ ਟਰਮੀਨਲ ਸੱਕਰ ਆ, ਅਤੇ ਆਹ ਇਹਦਾ ਵੈਂਟਰਲ ਸੱਕਰ ਆ, ਠੀਕ ਆ। ਕਿਸੇ ਵੀ ਐਨੀਮਲ ਦੇ ਨਾਲੇ ਚਿਪਕ ਜਾਂਦਾ ਹੈਗਾ ਆ, ਠੀਕ ਆ। ਜੋਕ ਜਿੱਦਾਂ ਕਹਿ ਲੈਂਦੇ ਹਾਂ ਨਾ ਅਸੀਂ, ਹੈ ਨਾ, ਜੋਕਸ ਸੁਣੀਆਂ ਸੁਣੀਆਂ ਨਾ, ਉਸ ਟਾਈਪ ਦਾ ਹੀ ਹੁੰਦਾ ਆ, ਇਹ ਐਨੀਮਲ ਦਾ ਬਲੱਡ ਹੀ ਸੱਕ ਕਰਦਾ ਆ ਕਾਇੰਡ ਔਫ, ਠੀਕ ਆ। ਅਤੇ ਹੁਣ ਆਹ ਜਿਹੜਾ ਹੈਗਾ ਸੀਗਾ ਟੀਨੀਆ ਸੋਲੀਅਮ, ਇਹਦੇ ਨਾ ਇੱਥੇ ਹੋਕਸ ਹੁੰਦੀਆਂ ਛੋਟੀਆਂ ਛੋਟੀਆਂ, ਆਪਾਂ ਨੇਕਡ ਆਈ ਨਾਲ ਨਹੀਂ ਦੇਖ ਸਕਦੇ ਇਹ, ਠੀਕ ਆ। ਇਹ ਜਿਹੜੀਆਂ ਹੋਕਸ ਹੁੰਦੀਆਂ ਇਹ ਇੰਟਸਟਾਈਨ ਦੇ ਵਿੱਚ ਫਸਾ ਲੈਂਦੇ ਹੈਗੇ ਆ, ਠੀਕ ਆ। ਐਂਡ ਇਹ ਬਹੁਤ ਲੰਬੇ ਲੰਬੇ ਥਰੈਡ ਲਾਈਕ ਸਟਰਕਚਰ ਹੁੰਦੇ ਆ, ਨੋਟ ਥਰੈਡ ਲਾਈਕ, ਮਤਲਬ ਮੈਂ ਆਈ ਵਾਜ਼ ਨੋਟ ਮੈਂਟ ਬਾਈ ਦੈਟ ਕਿ ਵੀ ਉਹ ਰਾਊਂਡ ਹੁੰਦੇ ਆ, ਪਰ ਜਿੱਦਾਂ ਲੰਬੇ ਸਟਰਕਚਰਸ ਹੈਗੇ ਨੇ, ਹੈਗੇ ਫਲੈਟ ਆ ਰਿਬਨ ਦੀ ਤਰ੍ਹਾਂ, ਠੀਕ ਆ। ਔਰ ਇਹ ਜਿਹੜੇ ਇੰਨੇ ਜ਼ਿਆਦਾ ਖਤਰਨਾਕ ਹੁੰਦੇ ਆ ਸਮ ਟਾਈਮ ਕਿ ਜੇ ਇਹਨਾਂ ਦੀ ਕੁਆਂਟਿਟੀ ਵੱਧ ਜਾਂਦੀ ਆ ਤਾਂ ਤੁਹਾਡੀਆਂ ਇੰਟੈਸਟਾਈਨ ਨੂੰ ਬਲੌਕ ਵੀ ਕਰ ਦਿੰਦੇ ਆ, ਠੀਕ ਆ। ਓਕੇ, ਚਲੋ ਕਮ ਟੂ ਦਾ ਪੁਆਇੰਟ, ਇਹ ਮੈਂ ਰੇਜ਼ ਕਰਦਾ, ਇਹਨਾਂ ਦੇ ਅਸੀਂ ਫੀਚਰਸ ਕਰੀਏ ਅੱਗੇ ਬਾਕੀ ਦੇ, ਹੈ ਨਾ। ਡੋਰਸੋ ਵੈਂਟਰਲੀ ਇਹ ਫਲੈਟ ਹੈਗੇ ਨੇ, ਇਹ ਅਸੀਂ ਕਰ ਲਿਆ। ਦੈਨ ਨੈਕਸਟ ਥਿੰਗ ਕੀ ਹੈ ਇਹਨਾਂ ਦੇ ਵਿੱਚ ਆਉਂਦੀ, ਸੈਕਿੰਡ ਥਿੰਗ ਇਜ਼ ਕਿ ਇਹਨਾਂ ਦਾ ਜਿਹੜਾ ਸਿਸਟਮ ਆ ਬਾਡੀ ਦਾ, ਹੁਣ ਕੱਲ੍ਹ ਮੈਂ ਐਕਸਪਲੇਨ ਕੀਤੇ ਸੀ ਅਲੱਗ ਅਲੱਗ ਸਿਸਟਮ, ਹੁਣ ਇਹਦੇ ਵਿੱਚ ਆ ਗਿਆ ਔਰਗਨ ਸਿਸਟਮ ਔਰਗਨਾਈਜੇਸ਼ਨ, ਔਰਗਨ ਸਿਸਟਮ, ਦਿਸ ਇਜ਼ ਦਾ ਫਸਟ ਗਰੁੱਪ, ਦਿਸ ਇਜ਼ ਦਾ ਫਸਟ ਗਰੁੱਪ ਜਿੱਥੇ ਔਰਗਨ ਸਿਸਟਮ ਸ਼ੁਰੂ ਹੋ ਗਿਆ, ਮਤਲਬ ਇਹਦੇ ਵਿੱਚ ਰਿਪ੍ਰੋਡਕਟਿਵ ਸਿਸਟਮ ਬਣਨਾ ਸ਼ੁਰੂ ਹੋ ਗਿਆ, ਮੇਲ ਐਂਡ ਫੀਮੇਲ ਓਵਰੀਜ਼ ਐਂਡ ਟੈਸਟਿਸ ਬਣਨੇ ਸ਼ੁਰੂ ਹੋ ਗਏ, ਉਹ ਹਰ ਇੱਕ ਸੈਗਮੈਂਟ ਦੇ ਵਿੱਚ ਜਿਹੜੇ ਗਲੋਟਿਸ ਹੁੰਦੇ ਆ ਨਾ, ਜਿਹੜੇ ਗਲੋਟਿਸ ਤੁਹਾਨੂੰ ਮੈਂ ਆਹ ਦੱਸਿਆ ਸੀਗਾ ਕਿ ਵੀ ਇਸ ਤਰ੍ਹਾਂ ਨਾਲ, ਫਿਰ ਅੱਗੇ ਆ ਇਹਦੇ ਜਿਹੜੇ ਆ ਗਲੋਟਿਸ ਆ ਆਹ ਵਾਲੇ, ਹੈ ਨਾ, ਦੀਜ਼ ਆਰ ਗਲੋਟਿਸ, ਠੀਕ ਆ, ਠੀਕ ਆ। ਇਹ ਜਿਹੜੇ ਗਲੋਟਿਸ ਆ ਇਹਨਾਂ ਦੇ ਵਿੱਚ ਜਿਹੜੇ ਮੈਚਿਓਰ ਗਲੋਟਿਸ ਹੁੰਦੇ ਨੇ ਉੱਥੇ ਮੇਲ ਐਂਡ ਫੀਮੇਲ ਰਿਪ੍ਰੋਡਕਟਿਵ ਔਰਗਨਸ ਪ੍ਰੈਜੈਂਟ ਹੁੰਦੇ ਆ, ਦੀਜ਼ ਆਰ ਹਰਮਾਫਰੋਡਾਈਟ, ਦੀਜ਼ ਆਰ ਵਟ, ਹਰਮਾਫਰੋਡਾਈਟ। ਹਰਮਾਫਰੋਡਾਈਟ ਦਾ ਕੀ ਮਤਲਬ ਹੁੰਦਾ ਆ, ਹਰਮਾਫਰੋਡਾਈਟ ਆਰ ਵਟ, ਹਰਮਾਫਰੋਡਾਈਟ ਆਰ ਵਟ, ਕੱਲ੍ਹ ਦੱਸਿਆ ਸੀਗਾ ਮੈਂ, ਹਰੀ ਅਪ ਨੋ, ਨਹੀਂ
मेल एंड फीमेल रिप्रोडक्टिव ऑर्गन्स आर प्रेजेंट इन द सेम ऑर्गेनिज्म. ठीक है, मेल एंड फीमेल साइंस होंगे मेल एंड फीमेल के लिए. ठीक है, मेल एंड फीमेल रिप्रोडक्टिव ऑर्गन्स इन सेम एनिमल. ओके ठीक है. चलो थर्ड पॉइंट की आ गया फिर ये पर ए, हाँ ये तो जरूर है हरमाफ्रोडाइट है जरूर, बट फर्टिलाइजेशन इन दी क्रॉस ही शो करते हैं बिकॉज सेम एनिमल दे विच जो मेल एंड फीमेल है ऑर्गनज ना सेम टाइम तो डिवेलप नहीं करते. ठीक है, दैन द नैक्सट इज दे आर ट्रिपलोब्लास्टिक. ये भी मैं थोड़ा दस चुकी हाँ कल है ना कि डिप्लोब्लास्टिक ट्रिपलोब्लास्टिक की होंगे दे आर ट्रिपलोब्लास्टिक. अगेन आई एम टेलिंग यू दे हैव थ्री जर्म लेयर्स. ठीक है, दे हैव थ्री जर्म लेयर्स. मीजोडर्म जड़ी हैगी कहिंदा पैचेस दे विच हुंदी आ स्कैटर्ड हुंदी हैगी स्कैटर्ड पाउचेस बिटवीन द एक्टोडर्म एंड एंडोडर्म. ठीक है, एक्टोडर्म मीजोडर्म एंडोडर्म तीनों ही प्रेजेंट आ इहदे विच पर मीजोडर्म जड़ी हैगी आ दैट इज कहिंदा स्कैटर्ड पाउचेस बिटवीन एक्टोडर्म एंड इन एंडोडर्म. ठीक, एंडोडर्म इज द इनर वन, एंडो मीन्स इनर. ठीक है, एक्टो एक्टो मीन्स आउटर. ठीक है, मीजो मीन्स मिडल. देन नेक्स्ट थिंग व्हाट इट सेज दीज आर द फर्स्ट एनिमल्स टू हैव स्ट्रेट एंड कंप्लीट एलिमेंट्री कैनाल. ठीक है, ए फर्स्ट ग्रुप या एनिमल्स दा सॉरी जिड़ा जिड़ा ये फर्स्ट ग्रुप ऑफ एनिमल विद स्ट्रेट एलीमेंट्री कैनाल है ना वो एस्केहेलमेंथ चले जाते हैं. ठीक है, वो एस्केहेलमेंथ हो जाते हैं. ये प्लैटीहेलमेंथ दे विच नहीं होना बिकॉज मैं भी वही चीज़ देख रही थी कि जिदा हुण साडे कोले सपोज आ टेपवॉर्म आ है ना टेपवॉर्म आए ग्लॉटिस है ना तो ये तो कॉन्टीन्यूटी आई नहीं है ना ये कोई कॉन्टीन्यूटी नहीं ना आई ये कोई कॉन्टीन्यूटी नहीं आई बट ऑन द अदर हैंड जोड़े साढ़े को एस्केहेलमेंथ है एस्केहेलमेंथ जोड़ा अभी नैक्सट नाल के ही करना है जेडे कि साढ़े को राउंड वॉर्म आ राउंड वॉर्म्स आउंड वॉर्म्स इदा ही होंगे है लाइक दस. ठीक है, इतों इन्हों का माउथ स्टार्ट हों आच इना एलीमेंट्री कैनाल शो होंगी हैगी गॉट इट. मतलब इस तरह ही नहीं होंगी एग्जैक्टली होर भी पार्ट्स है एलीमेंट्री कैनाल के असं अगे एक्सप्लेन करा तो वह राउंड वर्म्स ने जिन्हें फर्स्ट दे जोड़े कि फर्स्ट ग्रुप है विद दीज स्ट्रेट एलीमेंट्री कैनाल. ठीक है, देन नैक्सट साढ़े को आ गया जड़ा फीचर आ नर्वस सिस्टम का. ठीक है, हम जिदा आए ग्लॉटिस बने हुए छोटे छोटे सैगमेंट्स बने इन सैगमेंट्स के लैडर लाइक स्ट्रक्चर जिदा आ एक साइड से नर्वस सिस्टम एक चलिया होया तो दूसरे पास चलिया होया जिदा एक बॉडी की तरह पैरलली चल रहा है नर्व चल रही है बॉडी लेटरल साइड्स से एंड नर्व्स की सप्लाई कर दी. इस तो पहले ग्रुप से असं यह पढ़िया कि डिफ्यूज टाइप का होंगे आ है ना बट ये की आ दैट इज लैडर लाइक. ठीक है, हम एक चीज़ मैं थोड़ा पहले ही दसी सी कि इन्हें हैड ही होंगे एक राउंडड बाकी जोड़ा पोर्शन है वो सारे की आ फ्लैट आ. ठीक है, आ हैड वाला पोर्शन एक अलग तो बन गया ये तो मतलब हैड की अपेयरेंस आ गई. ठीक है, हैड की अपेयरेंस आ गई दैट मीनस दे शो सिफिलाइजेशन. सिफिलाइजेशन सिफेलो वर्ड आप यूज करते हैं हैड दे लई. ठीक है, तो सिफिलाइजेशन मीन प्रेजेंस ऑफ हैड. ठीक है, अपीयरेंस ऑफ हैड दीज आर द फर्स्ट ऑर्गेनिजम्स विच शो द अपीयरेंस ऑफ
हैड गॉट इट दैन उस तो बाद साढ़े को रिप्रोडक्शन आ मैं दस दिता मोस्टली दे आर हरमाफ्रोडाइट है ना एंड एक्सटर्नल फर्टिलाइजेशन होंगी है बट क्योंकि हरमाफ्रोडाइट तो है बट क्रॉस फर्टिलाइजेशन शो कर दे क्योंकि इन्होंने आ जो ग्लोटिस आ है ना ये ओवरीज ये एक सारे कल कल ओवरियन टेस्टिस होवरियन टेस्टिस पर वह मैच्योर सेम टाइम तो नहीं होंगे जो ऑर्गन मैच्योर सेम टाइम तो नहीं होया तो वह फर्टिलाइजेशन भी नहीं शो कर सकता अपने अंदर ही है ना सो दो डिफरेंट टेपवर्म्स की लोड़ हैगी है रिप्रोडक्शन के लिए बट दे हैव मेल एंड फीमेल रिप्रोडक्टिव ऑर्गन्स इन दैम ठीक है दैन एक्सक्रीशन आ गया एक्सक्रीशन के लिए इन दे विच होंदे आ फ्लेम सेल्स ठीक है की होंदा है इलाज इत्थे लिख दिंदी हां मैं उपर इन्हू रेज कर दा दे हैव फ्लेम सेल्स इन देम सिक्स्थ पॉइंट फ्लेम सेल्स ठीक है विच हेल्प इन एक्सक्रीशन ए वन मार्क क्वेश्चंस होंदे आ कई बारी के वट आर द एक्सक्रीटरी ऑर्गन्स ऑफ टेपवर्म ठीक है चार ऑप्शनस दिती हैगियां तुहानूं फ्लेम सैल्स एक दे दते हैगे आ एक च नाइडोब्लास्ट दे दते हैगे आ एक कोई तुहानूं होर दे दित्ती मेलपिजन ट्यूब्यूल्स दे दित्ता एक कोई होर ऑर्गन दे दित्ता एक्सक्रीशन वाला ते तुसीं उहदे च राइट ऑप्शन चूज करनी आ या ए भी हो सकदा आ कि वट आर द एक्सक्रीटरी ऑर्गन फॉर द टेपवर्म या टीनिया सोलियम फ्रॉम द फॉलोइंग उहदे विच चार ऑप्शनस अलग अलग दित्तियां आ एक फ्लेम सैल्स ने चार कोई होर हैगियां ने ठीक आ या फ्लेम सैल्स आर द एक्सक्रीटरी ऑर्गनज ऑफ विच ऑफ द फॉलोइंग ठीक है चार अलग अलग ग्रुप्स दते हैं स्पॉन्जेस दे दी सीलेंट्रेट दे दिता कोई एग्जाम्पल्स सो यू पीपल हैव टू लर्न द एग्जाम्पल्स ऑलसो फाइन जड़िया कॉमन एग्जाम्पल्स है आफ्टर दैट वी हैव एस्क हेलमेंस ठीक है एस्क हेलमेंस द थ्रेड वर्म्स एग्जाम्पल बेस्ट एग्जाम्पल यदि एस्कैरिस ठीक है एग्जाम्पल एस्कैरिस वॉट इट साढ़े को इतने स्पेसिमेंस भी पे हुए हैं एस्कैरिस दे आप देख सकते हैं बाद दे विच एस्कैरिस जड़ा है राउंड वर्म है ठीक है थ्रेड लाइक स्ट्रक्चर आ ओके तुम इतों पिछों एस्कैरिस उठाओगे अलमीरा चो मैं शो कर दिनी हाँ तुम्हें भी नाल नाल ही एस्कैरिस एंड टेपवर्म दोनों उठा लो मीनवाइल आप करैक्टर्स पढ़ते हाँ जड़े हैगे आ राउंड वर्म्स दे आर कहिंदा ट्रिपलोब्लास्टिक एनिमल्स अगैन ठीक है ट्रिपलोब्लास्टिक ऑर्गन सिस्टम ऑर्गेनाइजेशन बायोलिटरल सिमेट्री हुण देखो वो फ्लैटवर्म जिहड़ा सीगा उहदे च इहने इदां दी कोई गल नहीं कीती सीगी है ना हुण ए जिहड़े हैगे आ ए दीज आर राउंड वर्म्स ठीक आ एंड कहिंदा बायोलिटरल सिमेट्री आ इहनां दी बायोलिटरल सिमेट्री मतलब कि दो लेटरल साइड्स आर इक्वल ठीक आ जिद्दां साडी बायोलिटरल सिमेट्री आ ठीक ते हुण ए जिहड़े राउंड वर्म आ ए ट्रिपलोब्लास्टिक आ अगेन दे आर ट्रिपलोब्लास्टिक हुण ए टर्म्स आई थिंक मैनूं बार बार नहीं दसण दी लोड़ ठीक है ना ट्रिपलोब्लास्टिक आ बायलेटरल सिमेट्री आ